ਸਤਿਕਾਰ ਜੀ ਮੈਂ ਗੁਰਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਸ਼ੋ ਕੁੱਕ ਵਿਦ ਕੌਰ ਵਿੱਚ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜੀ ਹਲਵੇ ਕੱਦੂ ਦੀ ਜਿਹੜੀ ਗਰਮੀਆਂ ਦੀ ਖਾਸ ਸੁਗਾਤ ਹੈ ਹਲਵਾ ਕੱਦੂ ਦੀ ਰੈਸਪੀ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਪਰ ਇਹ ਹੈ ਕਿ ਕਈ ਵਾਰੀ ਸਾਡੇ ਬੱਚਿਆਂ ਨੂੰ ਵੀ ਉਹ ਸਵਾਦ ਨਹੀਂ ਲੱਗਦੀ ਸੋ ਅਸੀਂ ਦੇਸੀ ਘਿਓ ਦੇ ਵਿੱਚ ਬਣਾਉਣੀ ਹੈ ਸਬਜ਼ੀ ਬਿਲਕੁਲ ਦੋ ਕੁ ਚੀਜ਼ਾਂ ਪਾ ਕੇ ਬਣਾਉਣੀਆਂ ਜਿਹੜੀ ਉਹ ਹਲਕੀ ਫੁਲਕੀ ਅਤੇ ਸਵਾਦ ਸਬਜ਼ੀ ਬਣੇ ਸੋ ਨੋਟ ਕਰੋ ਦੇ ਇੰਗਰੀਡੈਂਟਸ ਹਲਵਾ ਕੱਦੂ ਵਾਸਤੇ ਅਸੀਂ ਅੱਧਾ ਕਿਲੋ ਹਲਵਾ ਲੈਣਾ ਉਹ ਛਿਲਕੇ ਸਮੇਤ ਕੱਟ ਲੈਣਾ ਦੋ ਟਮਾਟਰ ਲੈਣੇ ਆ ਉਹਨਾਂ ਨੂੰ ਬਰੀਕ ਕੱਟ ਲੈਣਾ ਇੱਕ ਪਿਆਜ਼ ਬਰੀਕ ਕੱਟ ਲੈਣਾ ਦੇਸੀ ਘਿਓ ਚਾਹੀਦਾ ਸਾਨੂੰ ਥੋੜ੍ਹਾ ਜਿਹਾ ਜੀਰਾ ਇੱਕ ਚਮਚ ਨਮਕ ਅੱਧਾ ਚਮਚ ਹਲਦੀ ਅੱਧਾ ਚਮਚ ਲਾਲ ਮਿਰਚ ਥੋੜ੍ਹੀ ਜਿਹੀ ਅਸੀਂ ਦੇਗੀ ਮਿਰਚ ਪਾਉਣੀ ਆ ਅਤੇ ਨਾਲ ਦੋ ਤਿੰਨ ਜਿਹੜੀਆਂ ਹਰੀਆਂ ਮਿਰਚਾਂ ਉਹ ਬਰੀਕ ਕੱਟ ਕੇ ਪਾਉਣੀਆਂ ਅਤੇ ਇੱਕ ਚਮਚ ਗਰਮ ਮਸਾਲਾ ਹਲਵੇ ਵਾਸਤੇ ਅਸੀਂ ਇੱਕ ਛੋਟੀ ਜਿਹੀ ਕੜਾਹੀ ਲੈਣੀ ਹੈ ਕੜਾਹੀ ਦੇ ਵਿੱਚ ਅਸੀਂ ਦੇਸੀ ਘਿਓ ਪਾਉਣਾ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਿਰਫ ਦੇਸੀ ਘਿਓ ਦੇ ਵਿੱਚ ਹੀ ਸਵਾਦ ਲੱਗਦੀਆਂ ਸੋ ਹਲਵੇ ਘੀਆ ਤੋਰੀਆਂ ਜਾਂ ਦੇਸੀ ਸਬਜ਼ੀਆਂ ਜਿਹੜੀਆਂ ਸਾਡੇ ਆਮ ਘਰਾਂ 'ਚ ਬਣਦੀਆਂ ਨੇ ਉਹ ਦੇਸੀ ਘਿਓ ਦੇ ਨਾਲ ਹੀ ਸਵਾਦ ਲੱਗਦੀਆਂ ਸੋ ਅਸੀਂ ਹਲਵੇ ਦੇ ਵਿੱਚ ਦੇਸੀ ਘਿਓ ਪਾਉਣਾ ਥੋੜ੍ਹਾ ਜਿਹਾ ਅਸੀਂ ਜੀਰਾ ਪਾਉਣਾ ਨਾਲ ਹੀ ਅਸੀਂ ਇੱਕ ਬਰੀਕ ਕੱਟਿਆ ਹੋਇਆ ਜਿਹੜਾ ਪਿਆਜ਼ ਆ ਉਹ ਪਾ ਦੇਣਾ ਇਸ ਸਬਜ਼ੀ ਵਿੱਚ ਵੀ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪੈਂਦੇ ਕਿਉਂਕਿ ਬਹੁਤ ਸਿੰਪਲ ਜਿਹੀ ਸਬਜ਼ੀ ਹੈ ਬਹੁਤ ਲਾਈਟ ਜਿਹੀ ਸਬਜ਼ੀ ਹੈ ਈਵਨ ਕਿ ਅਸੀਂ ਬਿਮਾਰ ਵੀ ਹੋਈਏ ਤਾਂ ਸਾਨੂੰ ਡਾਕਟਰ ਇੱਦਾਂ ਦੀਆਂ ਹਲਕੀਆਂ ਸਬਜ਼ੀਆਂ ਖਾਣ ਨੂੰ ਕਹਿੰਦੇ ਆ ਸੋ ਇਹਦਾ ਬਸ ਬਣਾਉਣ ਦਾ ਤਰੀਕਾ ਇਹੋ ਹੀ ਆ ਇੱਕ ਤਾਂ ਦੇਸੀ ਘਿਓ 'ਚ ਬਣਾਉਣੀ ਆ ਇੱਕ ਇਹ 'ਚ ਮਸਾਲੇ ਬਹੁਤ ਘੱਟ ਪਾਉਣੇ ਆ ਛਿੱਲੜ ਅਸੀਂ ਤਾਂ ਨਹੀਂ ਲਾਈ ਕਿਉਂਕਿ ਇਹਦੇ ਵਿੱਚ ਨਿਊਟ੍ਰੀਸ਼ਨਸ ਬਹੁਤ ਜ਼ਿਆਦਾ ਹੁੰਦੇ ਆ ਸੋ ਅਸੀਂ ਛਿਲਕੇ ਸਮੇਤ ਹੀ ਅਸੀਂ ਬਣਾਉਣੀ ਆ ਬੜੀ ਜਲਦੀ ਗਲ ਜਾਂਦਾ ਛਿਲਕਾ ਇਸ ਕਰਕੇ ਇਹਨੂੰ ਲੋੜ ਨਹੀਂ ਹੁੰਦੀ ਛਿਲਕੇ ਨੂੰ ਕੱਟਣ ਦੀ ਪਿਆਜ਼ਾਂ ਨੂੰ ਬਹੁਤ ਜ਼ਿਆਦਾ ਭੁੰਨਣਾ ਨਹੀਂ ਆ ਸਿਰਫ ਹਲਕੇ ਜੇ ਜਦੋਂ ਨਰਮ ਹੋ ਜਾਣਾ ਉਹਦੇ ਵਿੱਚ ਲੂਣ ਹਲਦੀ ਦੇਗੀ ਮਿਰਚ ਮਤਲਬ ਥੋੜ੍ਹਾ ਥੋੜ੍ਹਾ ਸਾਰਾ ਸਮਾਨ ਪਾ ਦੇਣਾ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਪਾਉਣੇ ਆ ਹੁਣ ਪਿਆਜ਼ ਹਲਕੇ ਜਿਹੇ ਸੌਤੇ ਜਿਹੇ ਹੋ ਗਏ ਹੋਏ ਆ ਹੁਣ ਅਸੀਂ ਇਹਨਾਂ ਦੇ ਵਿੱਚ ਲੂਣ ਮਿਰਚ ਪਾ ਦਈਏ ਲੂਣ ਤੁਸੀਂ ਆਪਣੇ ਸਵਾਦ ਅਨੁਸਾਰ ਘੱਟ ਵੱਧ ਪਾ ਸਕਦੇ ਹੋ ਹਲਦੀ ਲਾਲ ਮਿਰਚ ਵੀ ਅਸੀਂ ਬਿਲਕੁਲ ਥੋੜ੍ਹੀ ਪਾਉਣੀ ਹੈ ਕਿਉਂਕਿ ਅਸੀਂ ਹਰੀਆਂ ਮਿਰਚਾਂ ਪਾਉਣ ਲੱਗੇ ਹਾਂ ਵਿੱਚ ਥੋੜ੍ਹੀ ਜਿਹੀ ਦੇਗੀ ਮਿਰਚ ਹਰੀਆਂ ਮਿਰਚਾਂ ਹੁਣ ਅਸੀਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਘੁਲਣ ਤੱਕ ਪਕਾਉਣਾ ਹੈ ਕੁਝ ਸਬਜ਼ੀਆਂ ਹੁੰਦੀਆਂ ਜਿਹੜੀਆਂ ਆਪਣੇ ਨੈਚੁਰਲ ਕਲਰ ਵਿੱਚ ਸਾਨੂੰ ਬਹੁਤ ਸੋਹਣੀਆਂ ਲੱਗਦੀਆਂ ਮਤਲਬ ਜੇ ਅਸੀਂ ਇਹਦੇ ਵਿੱਚ ਬਹੁਤ ਸਾਰੇ ਮਸਾਲੇ ਪਾ ਦਾਂਗੇ ਤਾਂ ਉਹ ਮਸਾਲਿਆਂ ਦਾ ਕਲਰ ਆ ਜਾਣਾ ਉਹ ਸਬਜ਼ੀ ਦਾ ਕਲਰ ਖਤਮ ਹੋ ਜਾਣਾ ਇਸ ਕਰਕੇ ਅਸੀਂ ਮਸਾਲੇ ਜਿਹੜੇ ਬਿਲਕੁਲ ਹੀ ਇਸੇ ਕਰਕੇ ਥੋੜ੍ਹੇ ਘੱਟ ਪਾਏ ਆ ਕਿ ਇਹਦਾ ਸਬਜ਼ੀ ਦਾ ਆਪਣਾ ਕਲਰ ਪੀਲੇ ਪੀਲੇਪਨ ਵਿੱਚ ਜਿਹੜੀ ਸਬਜ਼ੀ ਹੋਵੇ ਸੋਹਣੀ ਲੱਗਦੀ ਹੈ ਸੋ ਅਸੀਂ ਇਹਦਾ ਨੈਚੁਰਲ ਕਲਰ ਜਿਹੜਾ ਵਾ ਉਹ ਸਬਜ਼ੀ ਦੇ ਵਿੱਚ ਰਹਿਣ ਦੇਣਾ ਟਮਾਟਰ ਘੁਲ ਗਏ ਹੋਏ ਆ ਹੁਣ ਅਸੀਂ ਇਹਦੇ ਵਿੱਚ ਗਰਮ ਮਸਾਲਾ ਥੋੜ੍ਹਾ ਜਿਹਾ ਪਾ ਦੇਣਾ ਉਸ ਤੋਂ ਬਾਅਦ ਨਾਲ ਹੀ ਅਸੀਂ ਹਲਵਾ ਪਾ ਦੇਣਾ ਹੁਣ ਅਸੀਂ ਇਹਨੂੰ ਮੱਠੀ ਮੱਠੀ ਅੱਗ ਤੇ ਇਸ ਤਰ੍ਹਾਂ ਹੀ ਇਹਦੇ ਹੀ ਰਸ ਵਿੱਚ ਪੱਕਣ ਦੇਣਾ ਅਸੀਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਅਸੀਂ ਇੱਦਾਂ ਕਰਕੇ ਹਲਵੇ ਨੂੰ ਹਿਲਾਉਂਦੇ ਜਾਣਾ ਇਹਦੇ ਨਾਲ ਥੋੜ੍ਹਾ ਜਿਹਾ ਇਹ ਮੈਸ਼ ਹੁੰਦਾ ਜਾਣਾ ਆਪਣੇ ਆਪ ਸਾਨੂੰ ਕੋਈ ਵੱਖਰਾ ਪਾਣੀ ਪਾਉਣ ਦੀ ਲੋੜ ਨਹੀਂ ਹੈ ਜਦੋਂ ਅਸੀਂ ਇੱਦਾਂ ਕੜਛੀ ਮਾਰਨੀ ਹੈ ਜਦੋਂ ਨਰਮ ਹੋ ਗਿਆ ਇਹਨੇ ਆਪਣੇ ਆਪ ਥੋੜ੍ਹਾ ਜਿਹਾ ਡਾਊਨ ਹੋ ਜਾਣਾ ਸੋ ਹਲਵਾ ਹੌਲੀ ਹੌਲੀ ਤਿਆਰ ਹੁੰਦਾ ਪਿਆ ਹੈ ਇਹ ਹੌਲੀ ਹੌਲੀ ਥੱਲੇ ਵੀ ਬੈਠੀ ਜਾਣ ਦਿਆ ਇਹਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ ਜਦੋਂ ਇਹ ਸੌਫਟ ਹੋ ਜਾਏਗਾ ਫਿਰ ਅਸੀਂ ਇੱਦਾਂ ਕੜਛੀ ਦੇ ਨਾਲ ਦੱਬ ਕੇ ਇਹਨੂੰ ਮੈਸ਼ ਕਰ ਲੈਣਾ ਅਤੇ ਇਹਨੂੰ ਸਰਵ ਕਰ ਲੈਣਾ ਹਲਵਾ ਕਿਉਂਕਿ ਬਿਲਕੁਲ ਤਾਜ਼ਾ ਸੀਗਾ ਇਸ ਕਰਕੇ ਪਾਣੀ ਆਪਣੇ ਆਪ ਹੀ ਕਿੰਨਾ ਛੱਡਣ ਦਿਆ
टमाटरां दा पानी ते हलवे दा पानी आपे ही इन्हां ने अपने रस विच ही पक पक के बहुत सोहना स्वाद इन्हां दा निकल आउणा। सो हलवे कद्दू दी सब्जी जिहड़ी आ बण के तैयार है जी। हुण असीं इहनूं कढ़ाई च कढ लैणे आ। थोड़ा जिहा असीं इहदे उत्ते देसी घिओ पाउणा। ਇਹ ਸੀ ਜੀ ਸਾਡੀ ਹਲਵੇ ਕੱਦੂ ਦੀ ਸਬਜ਼ੀ। ਇਹਨੂੰ ਤੁਸੀਂ ਪੂੜੀਆਂ ਦੇ ਨਾਲ ਵੀ ਖਾ ਸਕਦੇ ਹੋ, ਪਰੌਂਠੀ ਨਾਲ ਵੀ ਖਾ ਸਕਦੇ ਹੋ, ਫੁਲਕੇ ਨਾਲ ਵੀ ਖਾ ਸਕਦੇ ਹੋ, ਚੌਲਾਂ ਦੇ ਨਾਲ ਵੀ ਖਾ ਸਕਦੇ ਹੋ। ਇਹ ਹਰ ਚੀਜ਼ ਨਾਲ ਬਹੁਤ ਸਵਾਦ ਲੱਗਦੀ ਹੈ। ਸੋ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਏਗੀ। ਇਸੇ ਤਰ੍ਹਾਂ ਦੀਆਂ ਹੋਰ ਵੀ ਰੈਸਪੀਜ਼ ਦੇ ਲਈ ਜੁੜੇ ਰਹੋ ਸਾਡੇ ਸ਼ੋਅ ਕੁੱਕ ਵਿਦ ਕੌਰ ਨਾਲ। ਸਤਿ ਸ਼੍ਰੀ ਅਕਾਲ ਜੀ।